जयकारा शेरावाली दा बोल सच्चे दरबार की जय जयकारा पहाड़ा वाली दा बोल सच्चे दरबार की जयकारा मेरा वाली दा बोल सच्चे दरबार की जदों भी जम्मू आई दा ਇੱਥੇ ਦੇ ਸਰੋਤੇ ਇੱਥੇ ਦੇ ਭਗਤਨ ਬਹੁਤ ਪਿਆਰ ਕਰਦੇ ਆ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਇਹਨਾਂ ਪਿਆਰ ਕਰਦੇ ਆ ਸੱਚ ਜਾਣੋ ਇਹ ਗੱਲ ਕਹਿਣ ਦੀ ਨਹੀਂ ਮੈਂ ਇੱਥੋਂ ਨਾ ਝੋਲੀਆਂ ਭਰ ਕੇ ਪਿਆਰ ਲੈ ਕੇ ਜਾਂਦਾ ਮੈਂ ਕਿਸੇ ਵੀ ਹੋਟਲ ਰੁਕਿਆ ਹੋਵਾਂ ਇਹ ਲੱਭ ਲੈਂਦੇ ਆ ਸੋ ਇਹ ਮੁਹੱਬਤ ਆ ਪਿਆਰ ਆ ਮੈਂ ਕਰਮਾਂ ਵਾਲਾ ਆ ਨਹੀਂ ਤਾਂ ਕਿਹਨੂੰ ਕਿਹਦੇ ਕੋਲ ਟਾਈਮ ਹੈ ਕਿਸੇ ਦੇ ਚਿਹਰੇ ਵੱਲ ਵੇਖੀ ਅੱਜ ਹਰ ਕੋਈ ਆਪਣੀ ਲਾਈਫ 'ਚ ਇੰਨਾ ਬਿਜ਼ੀ ਹੈ ਇਹ ਮਹਾਮਾਈ ਦੀ ਦਇਆ ਉਹਦੀ ਕਿਰਪਾ ਜੇ ਕਿਤੇ ਫੇਸ ਦੀ ਵੈਲਿਊ ਪੈਣੀ ਆ ਕਿਸੇ ਸਿਰ ਦੀ ਵੈਲਿਊ ਪੈਂਦੀ ਹੈ ਤਾਂ ਉਹਦੀ ਕਿਰਪਾ ਅਸੀਂ ਤਾਂ ਉਹ ਕਣਾ ਰਹੇ ਹਾਂ ਪੱਲੇ ਕੱਖ ਨਹੀਂ ਹੈਗੇ ਇਹ ਰੋਟੀ ਲਾਈ ਹੈ ਮਾਈ ਨੇ ਉਹਦੇ ਆਸਰੇ ਪਾਸਰੇ ਤੁਰੇ ਫਿਰਦੇ ਸੋ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਮਹਾਮਾਈ ਸਭ ਦੀਆਂ ਆਸਾਂ ਮਰਾਦਾਂ ਨੂੰ ਪੂਰੀਆਂ ਕਰੇ ਸਭ ਦੀਆਂ ਝੋਲੀਆਂ ਨੂੰ ਭਰੇ ਅਤੇ ਸਾਡੀ ਦਿਲੋਂ ਅਸੀਸ ਵੀ ਆ ਤੁਹਾਡੇ ਲਈ ਅਰਦਾਸ ਵੀ ਸਾਰੇ ਹੀ ਪ੍ਰਬੰਧਕਾਂ ਦਾ ਬਹੁਤ ਬਹੁਤ ਸਤਿਕਾਰ ਅਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੌਕਾ ਬਖਸ਼ਿਆ ਆਪ ਸਭ ਭਗਤਾਂ ਦੇ ਦਰਸ਼ਨ ਕਰਵਾਏ ਆ ਤੁਸੀਂ ਮੁਹੱਬਤ ਦਿੱਤੀ ਆ ਪਿਆਰ ਬਖਸ਼ਿਆ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੀ ਮੁਹੱਬਤ ਦਾ ਤੁਹਾਡੇ ਪਿਆਰ ਦਾ ਥੋੜ੍ਹਾ ਜਿੰਨਾ ਵੀ ਮੁੱਲ ਮੋੜ ਕੇ ਜਾ ਸਕਾਂ ਇਹ ਮੈਂ ਪੂਰੀ ਕੋਸ਼ਿਸ਼ ਕਰਾਂਗਾ ਸ਼ੁਰੂਆਤਾਂ ਕਰਦੇ ਹਾਂ ਜਿੰਨੇ ਵੀ ਦੂਰ ਦੁਰਾਡੇ ਤੋਂ ਮਹਿਨਾਜ ਹਸਤੀਆਂ ਆਈਆਂ ਸਭ ਨੂੰ ਮੇਰੇ ਵੱਲੋਂ ਵੀ ਸਾਰੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਸਤਿਕਾਰ ਔਰ ਜਿੱਥੇ ਜਿੱਥੇ ਜਗ੍ਹਾ ਮਿਲਦੀ ਤੁਸੀਂ ਸਾਰੇ ਬਹਿ ਜਾਓ ਆਪਣੇ ਲਈ ਦੁਆ ਮੰਗਦਾ ਹੁਣ ਵੀ ਇੱਦਾਂ ਸਾਰੀ ਸੰਗਤ ਸਾਰੇ ਭਗਤ ਜਨ ਉੱਪਰ ਹੱਥ ਚੁੱਕ ਕੇ ਮੈਨੂੰ ਆਸ਼ੀਰਵਾਦ ਦਿਓ ਫਿਰ ਸ਼ੁਰੂ ਕਰੀਏ ਜੀ ਆਸ਼ੀਰਵਾਦ ਦੇ ਦਿਓ ਸਾਰੀ ਸੰਗਤ ਬੜੀ ਮਿਹਰਬਾਨੀ ਮੈਨੂੰ ਚਰਨਾਂ ਦੇ ਨਾਲ ਲਈ ਦਾਤੀ ਮੈਨੂੰ ਚਰਨਾਂ ਦੇ ਨਾਲ ਮੈਨੂੰ ਚਰਨਾਂ ਦੇ ਨਾਲ ਲਈ ਦਾਤੀ ਤੇ ਸਿੱਧੇ ਰਾਹ ਤੂੰ ਮੈਨੂੰ ਕਿਸੇ ਦੀਆਂ ਵੀ ਨਜ਼ਰਾਂ ਚ ਕਿਸੇ ਦੀਆਂ ਵੀ ਨਜ਼ਰਾਂ ਚ ਤੂੰ ਬੁਰਾ ਨਾ ਮੈਨੂੰ ਬਣਾਈ ਦਾਤੀ ਸਤਿਕਾਰ ਕਰਾਂ ਮੈਂ ਸਦਾ ਸਭਨਾ ਦਾ ਸਤਿਕਾਰ ਕਰਾਂ ਮੈਂ ਸਦਾ ਸਭਨਾ ਦਾ ਇਹ ਗੱਲ ਮੈਨੂੰ ਸਮਝਾਈ ਦਾਤੀ ਤੇਰੀ ਰਜ਼ਾ ਚ ਰਹਿ ਕੇ ਤੇਰੀ ਰਜ਼ਾ ਚ ਰਹਿ ਕੇ ਮੈਂ ਸਦਾ ਖੁਸ਼ ਰਹਾਂ ਇਹ ਗੱਲ ਮੈਨੂੰ ਨਾ ਕਦੇ ਭੁੱਲੀ ਮੇਰੀ ਦਾਤੀ ਇਹ ਗੱਲ ਮੈਨੂੰ ਨਾ ਕਦੇ ਭੁੱਲਾਈ ਮੇਰੀ ਦਾਤੀ ਕਿਉਂਕਿ ਅਸੀਂ ਉੱਡਦੇ ਆਸਰੇ ਅਸੀਂ ਉੱਡਦੇ ਆਸਰੇ ਅਸੀਂ ਉੱਡਦੇ ਆਸਰੇ ਅਸੀਂ ਉੱਡਦੇ ਆਸਰੇ 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 ਆ
جكارا شيرا واليدا. ثورا كورس دا بالانس. فاينا بود وديا سي. جدوما شروع كيتى بود وديا. كون نايرا. ثورا جا باد ديا. كورس ثورا شارب كاردي. ميري واز بي. بعجنا بالو اي چونري پیٹ. ایک چونري هندية جو سادارن چونري ہے. وہ صرف صرف تاک دیا. ਕਿਉਂਕਿ ਉਹ ਸਧਾਰਨ ਚੁੰਨੀ ਹੈ ਇਹ ਚੁੰਨੀ ਹੈ ਮਹਾਮਾਈ ਦੀ ਮਿਹਰ ਦੀ ਦਇਆ ਦੀ ਇਹਨੇ ਭਗਤ ਜਨਾਂ ਵੱਲੋਂ ਪਿਆਰ ਨਾਲ ਆਸ਼ੀਰਵਾਦ ਦਿੱਤਾ ਗਿਆ ਇਸ ਕਰਕੇ ਹੁਣ ਇਹ ਚੁੰਨੀ ਸਧਾਰਨ ਨਹੀਂ ਇਕੱਲਾ ਸਿਰ ਹੀ ਨਹੀਂ ਟਕੇਗੀ
ਇਹ ਦੁੱਖ ਦਲਿੰਦਰ ਵੀ ਟਕ ਟਕ ਲਏਗੀ ਦੁੱਖ ਤਕਲੀਫ ਵੀ ਟਕ ਲਏਗੀ ਮੇਰੇ ਔਗਣ ਵੀ ਟਕ ਲਏਗੀ ਮੇਰੀਆਂ ਕਮੀਆਂ ਵੀ ਟਕ ਲਏਗੀ ਕਿਉਂਕਿ ਦਇਆ ਮੇਰ ਦੀ ਚੁੰਦਰੀ ਹੈ ਨਾ ਚੁੰਦਰੀ ਮਈਆ ਦੀ ਭਗਤਾ ਲਾਲੋ ਲਾਲ ਮਾਂ ਦੀ ਚੁੰਦਰੀ ਬੜੀ ਨਿਰਾਲੀ ਮਾਂ ਦੀ ਚੁੰਦਰੀ ਬੜੀ ਨਿਰਾਲੀ ਤੇ ਭਰਦੇ ਚੋਲੀ ਸਭ ਦੀ ਮਾਂ ਦੀ ਚੁੰਦਰੀ ਬੜੀ ਨਿਰਾਲੀ ਤੇ ਭਰਦੇ ਚੋਲੀ ਸਭ ਦੀ ਤੂੰ ਸਿਰ ਤੇ ਬੰਨ ਕੇ ਸਿਰ ਤੇ ਬੰਨ ਕੇ ਲਾ ਸਮਾਧੀ ਤੂੰ ਸਿਰ ਤੇ ਬੰਨ ਕੇ ਲਾ ਸਮਾਧੀ ਇਹ ਚੁਨਰੀ ਤਾਰ ਦੇਵੇ ਪਾਪੀ ਅਪਰਾਧੀ ਇਹ ਚੁਨਰੀ ਤਾਰ ਦੇਵੇ ਪਾਪੀ ਅਪਰਾਧੀ ਇਹ ਚੁਨਰੀ ਤਾਰ ਦੇਵੇ ਉਹ ਪਾਪੀ ਅਪਰਾਧੀ ਇਹ ਇੰਨੀ ਤਾਕਤ ਰੱਖਦੀ ਹੈ ਚੁਨਰੀ ਦਇਆ ਮਿਹਰ ਦੀ ਪਾਪੀਆਂ ਨੂੰ ਵੀ ਤਾਰਦੀ ਹੈ ਅਪਰਾਧੀਆਂ ਨੂੰ ਵੀ ਤਾਰ ਦਿੰਦੀ ਹੈ ਚੁਨਰੀ ਦੀ ਇੰਨੀ ਮਹਿਮਾ ਸ਼ਾਇਰ ਲਿਖਦਾ ਉਹ ਚੁਨਰੀ ਮਈਆ ਦੀ ਭਗਤਾ ਲਾਲੋ
ਜਕਾਰੇ ਵਾਲੇ ਨੂੰ ਮਿੱਠੀਆਂ ਮਰਾਦਾਂ ਬੋਲ ਸੱਚੇ ਦਰਬਾਰ ਕੀ ਅਜੇ ਵੀ ਥੋੜਾ ਬੇਸੀ ਬੇਸੀ ਆ ਜਿਹੜਾ ਨਾ ਕੋਰਸ ਥੋੜਾ ਜਿਹਾ ਸ਼ਾਰਪ ਕਰ ਦੇ ਥੋੜੀ ਜਿਹੀ ਰਿਵਰਬ ਲਗਾ ਦੇ ਔਰ ਇੱਕ ਮਿੰਟ ਕਿਰਾ ਕਿਨਾਰ ਵਜਾਈ ਇੱਕ ਦਿਨ ਹਾਂ ਓਕੇ ਜੀ ਇਹਦਾ ਬਾਇਆ ਥੋੜਾ ਵਧਾ ਦੇ ਢੋਲ ਕਰਾ ਕਰ ਸ਼ਰਮ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਇਹ ਜਿਹੜੇ ਭਗਤ ਖੜੇ ਨੇ ਬਹਿ ਜਾਓ ਸਾਰੇ ਉਹਨਾਂ ਨੂੰ ਮਹਾਮਾਈ ਦੇ ਚਰਨਾਂ ਦੀ ਸੌਂ ਜਿਹੜਾ ਨਾ ਬੈਠੇ ਮਹਾਮਾਈ ਦੇ ਚਰਨਾਂ ਦੀ ਸੌਂ ਜਿਹੜਾ ਨਾ ਬੈਠੇ ਜਿਹੜਾ ਹੁਣ ਬਿਨਾਂ ਬੈਠੇ ਰਾਤੀ ਸੁਪਨੇ 'ਚ ਮਹਾਮਾਈ ਦਾ ਸ਼ੇਰ ਆਵੇ ਫਿਰ ਬਹਿਣਾ ਪੈਣਾ ਬਹਿ ਜਾਓ ਬਹਿ ਜਾਓ ਪਿਆਰ ਨਾਲ ਆਪਾਂ ਗੁਣਗਾਨ ਕਰਨਾ ਭਗਤਾਂ ਬਹੁਤ ਨੇ ਪਰ ਆਪਾਂ ਜਕਾਰਾ ਬਹੁਤ ਘੱਟ ਬੋਲਦੇ ਹਾਂ ਇੱਕ ਜਕਾਰਾ ਆਪਾਂ ਸੁਰ ਦੇ ਨਾਲ ਬੋਲਣਾ ਮੈਂ ਜਿੱਥੇ ਕਹੂੰਗਾ ਬੋਲ ਸੱਚੇ ਦਰਬਾਰ ਕੀ ਸਾਰਿਆਂ ਨੇ ਉੱਪਰ ਹੱਥ ਚੁੱਕ ਕੇ ਕਹਿਣਾ ਵੀ ਜੈ ਇੱਕ ਜਕਾਰਾ ਬੁਲਾਈਏ ਜੀਵਾ ਪਵਿੱਤਰ ਕਰੀਏ ਆਪਣੀ ਆਪਣੀ ਗਾ ਕੇ ਸਾਰਿਆਂ ਨੇ ਜਕਾਰਾ ਮੇਰੇ ਨਾਲ ਲਾਉਣਾ ਹਾਂ ਬੋਲੋ ਭਗਤੋ ਜੈਕਾਰਾ ਕਿਉਂ ਨਹੀਂ ਬੋਲਦੇ ਲਓ ਜੀ ਆਵਾਜ਼ ਵਧੀਆ ਥੋੜ੍ਹੀ ਜਿਹੀ ਹੋਰ ਵਧਵਾਈਏ ਥੋੜ੍ਹਾ ਜਿਹਾ ਲਾਲਚ ਦੇਣੇ ਭਗਤ ਜੀ ਨੂੰ ਸਾਡੇ ਕੋਲ ਇੱਕ ਸੋਨੇ ਦੀ ਘੜੀ ਆ ਮੈਂ ਬੰਨਦਾ ਬੁੰਦਾ ਕੋਈ ਨਹੀਂ ਮੈਨੂੰ ਸੋਨੇ ਦਾ ਸ਼ੌਕ ਹੀ ਕਿਸੇ ਨੇ ਮੇਰੇ ਇੱਦਾਂ ਹੀ ਬੰਨ ਦਿੱਤੀ ਆ ਜਿਸ ਭਾਈ ਮੈਂ ਉਸ ਭਾਅ ਦੇ ਦੇਣੀ ਆ ਘੜੀ ਇੱਦਾਂ ਹੀ ਮੈਨੂੰ ਆਈ ਇੱਦਾਂ ਤੁਹਾਨੂੰ ਦੇ ਦੇਣੀ ਹੁਣ ਦੇਖੇ ਵੀ ਜੇ ਤਾਂ ਬੀਬੀਆਂ ਭੈਣਾਂ ਦੀ ਆਵਾਜ਼ ਜ਼ਿਆਦਾ ਆਈ ਜਕਾਰੇ ਦੀ ਤਾਂ ਇੱਧਰ ਸੁੱਟ ਦੇਣੀ ਆ ਨਹੀਂ ਤਾਂ ਫਿਰ ਭਾਈਆਂ ਵਾਲੇ ਸੁੱਟ ਦੇਣੀ ਹੁਣ ਦੇਖਦੇ ਵੀ ਆਵਾਜ਼ ਕਿਹਨਾਂ ਦੀ ਉੱਚੀ ਆਉਂਦੀ ਹੈ ਭੈਣਾਂ ਦੀ ਉੱਚੀ ਆਉਂਦੀ ਆਵਾਜ਼ ਜਕਾਰੇ ਦੀ ਕਿ ਭਾਈਆਂ ਦੀ ਆਉਂਦੀ ਹੈ ਹੁਣ ਮੇਰਾ ਵੀਰ ਕੋਈ ਨਾ ਬੋਲਿਓ ਭੈਣਾਂ ਸਿਰ ਬੋਲਣਗੀਆਂ ਉੱਪਰ ਹੱਥ ਚੁੱਕ ਕੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਆ ਬੋਲੋ ਲਓ ਜੀ ਆਵਾਜ਼ ਕਾਫੀ ਵੱਧ ਗਈ ਭੈਣਾਂ ਦੀ ਤੇ ਹੁਣ ਸਾਡੇ ਭਾਈਆਂ ਦੀ ਆਵਾਜ਼ ਹੁਣ ਬੀਬੀਆਂ ਭੈਣਾਂ ਨਾ ਬੋਲਿਓ ਜੇ ਭਾਈਆਂ ਦੀ ਆਵਾਜ਼ ਉੱਚੀ ਆਈ ਤਾਂ ਘੜੀ ਸੁਰ ਦੇਣੀ ਆਪਾਂ ਜ਼ੋਰ ਨਾਲ ਇੱਧਰ ਜਿਹਦੇ ਆ ਗਈ ਇਸੇ ਪਾਸੇ ਗੱਲ ਖਤਮ ਬੋਲੋ ਲੱਗਦਾ
ਤ੍ਰਿਕਟਾ ਨਗਰ ਚ ਕੁਝ ਹੈ ਇਹ ਘੜੀ ਦੀ ਨਹੀਂ ਆਵਾਜ਼ ਵੱਧ ਗਈ ਅਸੀਂ ਭੈਣਾਂ ਤੋਂ ਇੱਕ ਵਾਰੀ ਪੁੱਛਦੇ ਆ ਇਦਾਂ ਲਓ ਜੀ ਅਜੇ ਤਾਂ ਭਾਈਆਂ ਦੀ ਆਵਾਜ਼ ਉੱਚੀ ਆ ਤਾਂ ਘੜੀ ਬਣਦੀ ਇਹਨਾਂ ਦੀ ਪਰ ਮੈਂ ਕਹਿੰਦਾ ਇੱਕ ਵਾਰੀ ਫੇਰ ਭੈਣਾਂ ਵੱਲ ਆਉਂਦੇ ਆ ਕੀ ਪਤਾ ਇਧਰੋਂ ਆਵਾਜ਼ ਵੱਧ ਜਾ ਮੁਕਾਬਲਾ ਜੇ ਚੱਲ ਰਿਹਾ ਇਧਰ ਵੀ ਜਿੰਨੀਆਂ ਭੈਣਾਂ ਬੈਠੀਆਂ ਸਾਰੀਆਂ ਨੇ ਬੋਲਣਾ ਬਈ ਬੋਲੋ ਭਗਤੋ ਜੇ ਕਰੂ ਨਹੀਂ ਬੋਲੋ ਜੈਕਾਰਾ ਚਿੰਤਾ ਪੁੰਨੀ ਦਾ ਜੈਕਾਰਾ ਜਵਾਨਾ ਦਾ ਜੈਕਾਰਾ ਚਿੰਤਾ ਪੁੰਨੀ ਦਾ ਜੈਕਾਰਾ ਜਵਾਨਾ ਦਾ ਸੱਚੇ ਦਰਬਾਰ ਕੀ ਦਰਬਾਰ ਕੀ ਦਰਬਾਰ ਕੀ ਆਵਾਜ਼ ਸੇਮ ਸੇਮ ਨਹੀਂ ਹੋ ਗਈ ਪਹਿਲਾਂ ਥੋੜ੍ਹੀ ਜਿਹੀ ਭਾਈਆਂ ਦੀ ਉੱਚੀ ਸੀ ਆਵਾਜ਼ ਹੁਣ ਸੇਮ ਸੇਮ ਹੋ ਗਈ ਹੈ ਇਸ ਕਰਕੇ ਜੇ ਅਸੀਂ ਘੜੀ ਇੱਧਰ ਭੈਣਾਂ ਨੂੰ ਦੇਤੀ ਤਾਂ ਭਾਈ ਗੁੱਸੇ ਹੋ ਜਾਣੇ ਆ ਹੈਨਾ ਜੇ ਭਾਈਆਂ ਨੂੰ ਘੜੀ ਦੇਤੀ ਤਾਂ ਭੈਣਾਂ ਗੁੱਸੇ ਹੋ ਜਾਣੀਆਂ ਮੈਂ ਜਿੱਥੇ ਪਈ ਪਈ ਰਹਿਣ ਦਿੰਦੇ ਮੈਂ ਕਿਤੇ ਕਿਤੇ ਮੰਨ ਲਉ ਮੈਂ ਚਲੋ ਇਹ ਮਜ਼ਾਹੀਆ ਤੁਹਾਨੂੰ ਨਾਲ ਜੋੜਨ ਦੀ ਗੱਲ ਹੈ ਜਿੱਦਾਂ ਦੀ ਮਾਲਕ ਨੇ ਜਿਹਨੂੰ ਹੈਸੀਅਤ ਦਿੱਤੀ ਨਾ ਘੜੀ ਉਦਾਂ ਦੀ ਲਾਈ ਫਿਰਦਾ ਜਿੱਦਾਂ ਦੀ ਮਹਾਮਾਈ ਨੇ ਦਇਆ ਕੀਤੀ ਨਾ ਜਿਹਦੇ ਤੇ ਮਿਹਰ ਕੀਤੀ ਆ ਕੋਈ ਕਾਲੇ ਦੇ ਪੱਟੇ ਵਾਰੀ ਲਾਈ ਫਿਰਦਾ ਕੋਈ ਡਾਇਮੰਡ ਦੀ ਲਾਈ ਫਿਰਦਾ ਕੋਈ ਸੋਨੇ ਦੀ ਕੋਈ ਚਾਂਦੀ ਦੀ ਕੋਈ ਰੋਇਲ ਐਕਸ ਲਾਈ ਫਿਰਦਾ ਇਹ ਮੈਨੂੰ ਨਹੀਂ ਪਤਾ ਸੀ ਮੈਂ ਕਿਹਾ ਮਹਿੰਗੀ ਜੀ ਘੜੀ ਹੈ ਮੈਂ ਕਿਸੇ ਦੇ ਲਾਈ ਉਹਨੂੰ ਪੁੱਛਿਆ ਮੈਂ ਕਿਹਾ ਚਲੋ ਮੈਂ ਰਾਡੋ ਸ਼ਾਡੋ ਤਾਂ ਲੈ ਲਈ ਇੰਨੇ ਕੁ ਚੋਗਾ ਤਾਂ ਹੋ ਗਿਆ ਆਹ ਨਹੀਂ ਮੈਂ ਲਈ ਇਹਦੇ ਵਿੱਚ ਕੀ ਖਾਸੀਅਤ ਆ ਮੈਂ ਕਿਹਾ ਭਾਅ ਜੀ ਇਹਦੀ ਖਾਸੀਅਤ ਕੀ ਹੈ ਕਹਿੰਦੇ ਖਾਸੀਅਤ ਇਹ ਆ ਵੀ ਬੰਨੀ ਮੈਂ ਹਾਂ ਟਾਈਮ ਤੇਰੇ ਕੋਲੋਂ ਪੁੱਛਣਾ ਪੈਂਦਾ ਮੈਂ ਕਿਹਾ ਭਾਅ ਜੀ ਇਹ ਕਿਉਂ ਕਹਿੰਦੇ ਜਦੋਂ ਲਾ ਕੇ ਰੱਖ ਲੈਂਦੇ ਹਾਂ ਤੇ ਬੰਦ ਹੋ ਜਾਂਦੀ ਹੈ ਨਬਜ਼ ਨਾਲ ਚੱਲਦੀ ਆ ਤੇ ਸਵੇਰੇ ਕਹਿੰਦਾ ਯਾਰ ਸੋਨੂੰ ਟਾਈਮ ਕਿੰਨਾ ਹੋਇਆ ਤੇ ਕਹਿੰਦਾ 8 ਵਜੇ ਵੀ ਸੈੱਟ ਕਰਨੀ ਪੈਂਦੀ ਆ ਫਿਰ ਮੈਂ ਕਿਹਾ ਇਹ ਮੈਨੂੰ ਰਾਡੋ ਚੰਗੀ ਹੈ ਸੋ ਮਾਲਕ ਜਿਹਨੂੰ ਜਿੰਨਾ ਦੀ ਹੈਸਤ ਦਿੱਤੀ ਆ ਉਦਾਂ ਦੀ ਘੜੀ ਮੰਨ ਲੈਂਦਾ ਪਰ ਜਿੰਨੀਆਂ ਮਰਜ਼ੀ ਅਸੀਂ ਮਹਿੰਗੀਆਂ ਘੜੀਆਂ ਵੱਲ ਬੰਨ ਲਈਏ ਕਹਿੰਦੇ ਉਹ ਕੋਈ ਮਹਿਨੇ ਨਹੀਂ ਰੱਖਦੀਆਂ ਘੜੀ ਉਹ ਕੰਮ ਦੀ ਜਿਸ ਘੜੀ ਅਸੀਂ ਯਾਦ ਕਰ ਲਿਆ ਮਹਾਮਾਈ ਨੂੰ ਉਹਨੂੰ ਯਾਦ ਕਰ ਲਿਆ ਆਪਾਂ ਜਾਗਰਣ 'ਚ ਬੈਠੇ ਹਾਂ ਤੁਸੀਂ ਨਾਲ ਜਕਾਰਾ ਬੋਲਿਆ ਆਪਣੀ ਜੀਭ ਪਵਿੱਤਰ ਕੀਤੀ ਆਪਣੀ ਆਪਣੀ ਹਾਜ਼ਰੀ ਲਵਾਈ ਆ ਇਹ ਘੜੀ ਦੇਖੇ ਲੱਗਣੀਆਂ ਬਾਕੀ ਘੜੀਆਂ ਜਿੰਨੀਆਂ ਮਰਜ਼ੀ ਮਹਿੰਗੀਆਂ ਮੰਨ ਲਈਏ ਉਹ ਇੱਥੇ ਰਹਿ ਜਾਣੀਆਂ ਘੜੀ ਉਹ ਕੰਮ ਦੀ ਜੇ ਉਹਨੂੰ ਯਾਦ ਕਰ ਲਿਆ ਕਹਿ ਦਿਓ ਜੈ ਮਾਤਾ ਘੜੀ ਉਹ ਹੀ ਕੰਮ ਦੀ ਜਿਸ ਘੜੀ ਉਹਨੂੰ ਯਾਦ ਕਰ ਲਿਆ ਸੱਚੇ ਦਿਲੋਂ ਉਹਨੂੰ ਤਿਆਰ ਲਿਆ ਲਗਨ ਲੱਗੀ ਏ ਤੇਰੇ ਨਾਂ ਦੀ ਮਈਆ ਜੀ ਮੈਨੂੰ ਲਗਨ ਲੱਗੀ ਏ ਤੇ ਲਗਨ ਲੱਗਦੀ ਆ ਕਰਮਾਂ ਵਾਲੇ ਦੀ ਭਾਗਾਂ ਵਾਲੇ ਦੀ ਕਿਸੇ ਵਿਰਲੇ ਦੀ ਮੇਰੇ ਪਰਦੇ ਢੱਕ ਲਈ ਕਰ ਭਵਨ ਦੀ ਸੇਵਾ ਤਰ ਜਾਵਾਂ ਕਰ ਭਵਨ ਦੀ ਸੇਵਾ ਤਰ ਜਾਵਾਂ ਤੇ ਮੈਨੂੰ ਚਰਨੀ ਰੱਖ ਲਈ ਤੇ ਮੈਨੂੰ ਚਰਨੀ ਰੱਖ ਲਈ ਕਿਉਂਕਿ ਲਗਨ ਲੱਗੀ ਆ ਲਗਨ ਲੱਗੀ ਸਰੂਰ ਮੈਨੂੰ ਚੜਿਆ ਵਸ ਮਨ ਉਪਜੋ ਇੱਕ ਪੱਲਾ ਭਰਿਆ ਬੇਪੁਰ ਨਹੀਂ ਆਇਆ ਸਰੂਰ ਮੈਨੂੰ ਚੜਿਆ
ਅਜੇ ਤੂੰ ਸਾਹ ਲੈ ਜਿਹੜਾ ਮੇਰਾ ਕਰਮ ਹੋਣ ਦੇ ਕੰਮ ਕਈ ਵਾਰੀ ਥੋੜਾ ਸਾਊਂਡ ਨੂੰ ਵੀ ਟਾਈਮ ਲੱਗ ਜਾਂਦਾ ਜਿੱਦਾਂ ਗਲੇ ਨੂੰ ਸੈੱਟ ਹੋਣ ਨੂੰ ਟਾਈਮ ਲੱਗਦਾ ਨਾ ਜਿਹੜੇ ਬੰਦੇ ਰਿਆਜ਼ੀ ਸਿੰਘ ਕਰਿਆ ਜਿਨ੍ਹਾਂ ਨੇ ਦੋ ਦੋ ਚਾਰ ਚਾਰ ਘੰਟੇ ਰਿਆਜ਼ ਕੀਤਾ ਨਾ ਉਹ ਜਦੋਂ ਪਹਿਲਾਂ ਗਾਉਣਗੇ ਨਾ ਆਵਾਜ਼ ਕੱਢਣਗੇ ਲੋਕੀ ਕਹਿੰਦੇ ਇਹ ਤਾਂ ਬੋਲਦਾ ਮੈਂ ਸੀ ਜਾਂ ਗਾਊਂਗਾ ਕਿੱਦਾਂ ਪਰ ਇਹ ਸਾਡਾ ਹੌਲੀ ਹੌਲੀ ਗਲਾ ਸਟਾਰਟ ਹੁੰਦਾ ਰਿਆਜ਼ੀ ਸਿੰਘ ਰੋਹੀ ਹੈ त्रिलोकीनाथ भोले बाबा भोले शंकर जिन्हें भी त्रिलोकीनाथ भोले बाबा प्यार कर दे जरा ताली मार के दसो जरा बहुत मेहरबानी थैंक यू त्रिलोकीनाथ भोले बाबा भोले शंकर